ਜਿਮੀ ਫੈਲਨ ਦੇ ਸ਼ੋਅ 'ਚ ਸ਼ਾਇਦ ਦਲਜੀਤ ਦੋਸਾਂਝ ਜਿਹਾ ਸੁਪਰਸਟਾਰ ਐਕਟਰ ਅਤੇ ਸਿੰਗਰ ਦਲਜੀਤ ਦੋਸਾਂਝ ਨੇ ਦ ਟੁਨਾਈਟ ਸ਼ੋਅ ਵਿਦ ਜਿਮੀ ਫੈਲਨ ਦੇ ਵਿੱਚ ਪਰਫੋਰਮ ਕੀਤਾ, ਜਿੱਥੇ ਕਿ ਉਹਨਾਂ ਨੇ 4 ਚੰਨ ਲਗਾ ਦਿੱਤੇ। ਜਿਮੀ ਫੈਲਨ ਦੇ ਸ਼ੋਅ ਦ ਟੁਨਾਈਟ ਸ਼ੋਅ ਦੇ ਵਿੱਚ ਦਲਜੀਤ ਦੋਸਾਂਝ ਫੀਚਰ ਹੋਏ, ਜਿੱਥੇ ਉਹਨਾਂ ਨੇ ਆਪਣੇ ਮਸ਼ਹੂਰ ਗੀਤ ਬੋਰਨ ਟੂ ਸ਼ਾਈਨ ਤੇ ਗੋਟ ਨੂੰ ਗਾਇਆ। ਦਰਅਸਲ ਜਿਮੀ ਫੈਲਨ ਦੇ ਇਸ ਹਫ਼ਤੇ ਦੇ ਸ਼ੋਅ ਦੇ ਵਿੱਚ ਦਲਜੀਤ ਦੋਸਾਂਝ ਦੀ ਫੀਚਰਿੰਗ ਸੀ ਤੇ ਜਿਮੀ ਫੈਲਨ ਨੇ ਦਲਜੀਤ ਦੋਸਾਂਝ ਨੂੰ ਬੜੇ ਮਜ਼ੇਦਾਰ ਤਰੀਕੇ ਦੇ ਨਾਲ ਇੰਟਰੋਡਿਊਸ ਕੀਤਾ। ਦਰਅਸਲ ਉਹਨਾਂ ਨੇ ਇੱਕ ਬੋਰਡ ਫੜਿਆ ਸੀ ਜਿੱਥੇ ਕਿ ਦਲਜੀਤ ਦੋਸਾਂਝ ਦੇ ਡਿਲਮਨਾਟੀ ਟੂਰ ਬਾਰੇ ਲਿਖਿਆ ਹੋਇਆ ਸੀ ਤੇ ਦਲਜੀਤ ਨੇ ਰੀਸੈਂਟਲੀ ਇਹ ਸ਼ੋਅਜ਼ ਕੈਨੇਡਾ ਤੇ USA ਦੇ ਵਿੱਚ ਕੀਤੇ ਤੇ ਉਸ ਤੋਂ ਬਾਅਦ ਜਿਮੀ ਫੈਲਨ ਨੇ ਦਲਜੀਤ ਨੂੰ ਇੰਟਰੋਡਿਊਸ ਕਰਾਇਆ ਤੇ ਇਸ ਤੋਂ ਬਾਅਦ ਦਲਜੀਤ ਦੋਸਾਂਝ ਦੀ ਪਰਫਾਰਮੈਂਸ ਸ਼ੁਰੂ ਹੋਈ, ਜਿੱਥੇ ਕਿ ਅਮਰੀਕੀ ਦਲਜੀਤ ਦੇ ਸੌਂਗਸ ਉੱਤੇ ਨੱਚਦੇ ਹੋਏ ਨਜ਼ਰ ਆਏ ਤੇ ਐਂਡ ਦੇ ਵਿੱਚ ਜਿਮੀ ਫੈਲਨ ਨੇ ਵੀ ਦਲਜੀਤ ਨੂੰ ਕੰਗਰੈਚੁਲੇਟ ਕੀਤਾ ਤੇ ਥੈਂਕ ਯੂ ਕੀਤਾ। ਇਸ ਦੇ ਨਾਲ ਹੀ ਬੈਕ ਸਟੇਜ ਤੋਂ ਵੀ ਕੁਝ ਵੀਡੀਓਜ਼ ਸਾਹਮਣੇ ਆਈਆਂ ਨੇ ਜਿੱਥੇ ਕਿ ਜਿਮੀ ਫੈਲਨ ਦੇ ਨਾਲ ਦਲਜੀਤ ਦੋਸਾਂਝ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਤੋਂ ਬਾਅਦ ਦਲਜੀਤ ਨੇ ਜਿਮੀ ਫੈਲਨ ਨੂੰ ਪੰਜਾਬੀ ਵੀ ਸਿਖਾਈ। ਬਾਕੀ ਦ ਟੁਨਾਈਟ ਸ਼ੋਅ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਟੀਚਰ ਹੋਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਨੇ ਦਲਜੀਤ ਦੋਸਾਂਝ। ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਇੰਟਰਵਿਊ ਦੇ ਚੁੱਕੀ ਹੈ, ਪਰ ਪਰਫਾਰਮੈਂਸ ਦੇਣ ਵਾਲੇ ਪਹਿਲੇ ਇੰਡੀਅਨ ਤੇ ਪੰਜਾਬੀ ਕਲਾਕਾਰ ਬਣੇ ਨੇ ਦਲਜੀਤ ਦੋਸਾਂਝ। ਦਲਜੀਤ ਨੇ ਕੋਚੇਲਾ ਦੇ ਵਿੱਚ ਪਰਫਾਰਮ ਕਰਕੇ ਪੂਰੇ ਇੰਡੀਆ ਦਾ ਤੇ ਪੰਜਾਬੀਆਂ ਦਾ ਮਾਣ ਵਧਾਇਆ। ਉਸ ਤੋਂ ਬਾਅਦ ਦਿਲਮਨਾਟੀ ਟੂਰ ਦੇ ਨਾਲ ਉਹਨਾਂ ਨੇ ਪੂਰੀ ਦੁਨੀਆ ਦੇ ਮਿਊਜ਼ਿਕ ਲਵਰਸ ਦਾ ਦਿਲ ਜਿੱਤ ਲਿਆ ਤੇ ਹੁਣ ਉਹ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਨਜ਼ਰ ਆਏ, ਜਿੱਥੇ ਕਿ ਉਹਨਾਂ ਨੇ ਆਪਣੇ ਗਾਣਿਆਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਤੇ ਹਰ ਕਿਸੇ ਨੂੰ ਨੱਚਣ ਉੱਤੇ ਮਜਬੂਰ ਕੀਤਾ। ਬਾਕੀ ਦਲਜੀਤ ਦੋਸਾਂਝ ਆਪਣੀ ਅਪਕਮਿੰਗ ਫਿਲਮ ਜੱਟ ਐਂਡ ਜੂਲੀਅਟ 3 ਦੀ ਪ੍ਰਮੋਸ਼ਨ ਕਰ ਰਹੇ ਨੇ, ਜਿੱਥੇ ਕਿ ਉਹ ਇੰਡੀਆ ਆਏ ਹੋਏ ਨੇ ਤੇ ਨੀਰੂ ਬਾਜਵਾ ਦੇ ਨਾਲ ਪ੍ਰਮੋਸ਼ਨ ਦਾ ਸਿਲਸਿਲਾ ਜਾਰੀ ਹੈ ਤੇ ਫਿਲਮ 27 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ। ਉੱਥੇ ਹੀ ਪ੍ਰਭਾਸ ਦੀ ਅਪਕਮਿੰਗ ਫਿਲਮ ਕਲਕੀ 2898 AD ਦੇ ਵਿੱਚ ਵੀ ਦਲਜੀਤ ਦੋਸਾਂਝ ਨੇ ਇੱਕ ਗਾਣਾ ਪਰਫਾਰਮ ਕੀਤਾ ਜੋ ਕਿ ਫਿਲਮ ਦੇ ਵਿੱਚ ਨਜ਼ਰ ਆਏਗਾ। ਕਲਕੀ 2898 AD ਵੀ 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੋ ਪਿਛਲਾ ਕੁਝ ਸਾਲ ਤੇ ਪਿਛਲਾ ਕੁਝ ਸਮਾਂ ਸਿਰਫ ਇੱਕੋ ਹੀ ਕਲਾਕਾਰ ਦੇ ਨਾਮ ਹੈ ਤੇ ਉਹ ਹੈ ਦਲਜੀਤ ਦੋਸਾਂਝ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।